ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਕੀਲ ਸੀਗੇ ਵਰਿੰਦਰ ਸੰਧੂ ਜਿਹੜੇ ਬਹੁਤ ਚਰਚਾ 'ਚ ਰਹੇ ਉਹਨਾਂ ਦਾ ਜਿਹੜਾ ਪੇਚਾ ਉਹ ਐਸ ਪੀ ਰਮਨ ਭੁੱਲਰ ਨਾਲ ਪੈ ਗਿਆ ਸੀਗਾ ਕਿ ਰਮਨ ਭੁੱਲਰ ਹੋਣਾ ਨੇ ਉਹਨਾਂ ਨੂੰ ਨਜਾਇਜ਼ ਹਿਰਾਸਤ ਵਿੱਚ ਲਿਆ ਜਿਸ ਤੋਂ ਬਾਅਦ ਉਹਨਾਂ ਨਾਲ ਅਣਮਨੁੱਖੀ ਜਿਹੜਾ ਤਸ਼ੱਦਦ ਕੀਤਾ ਗਿਆ ਕੇਸ ਜਿਹੜਾ ਹੈ ਬਹੁਤ ਵੱਡੇ ਪੱਧਰ 'ਤੇ ਬਣਿਆ ਕਿਉਂਕਿ ਵਕੀਲ ਇਕੱਠੇ ਹੋ ਗਏ ਕਿ ਇੱਕ ਵਕੀਲ ਦੇ ਉੱਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਨਾਲੇ ਉਹਦੇ ਉੱਤੇ ਜਿਹੜੇ ਝੂਠੇ ਚਾਰਜਿਸ ਲਾ ਕੇ ਜਿਹੜਾ ਉਹਨੂੰ ਹਿਰਾਸਤ 'ਚ ਰੱਖਿਆ ਗਿਆ। ਦਰਅਸਲ ਇਹ ਸਾਰਾ ਮਾਮਲਾ ਜਿਹੜਾ ਇਹ 14 ਸਤੰਬਰ ਨੂੰ ਸ਼ੁਰੂ ਹੋਇਆ ਸੀ ਜਦੋਂ ਟਿੱਬੀ ਸਾਹਿਬ ਰੋਡ ਦੇ ਉੱਤੇ ਇੱਕ ਨਾਕਾ ਲਾਇਆ ਸੀ ਪੁਲਿਸ ਨੇ ਜਿੱਥੋਂ ਪੁਲਿਸ ਨੇ ਵਰਿੰਦਰ ਸੰਧੂ ਵਕੀਲ ਨੇ ਜਿਹੜੇ ਨਾਲ ਇਹਨਾਂ ਦੇ ਸ਼ੈਲਿੰਦਰ ਸਿੰਘ ਨੀਟਾ ਇਹਨਾਂ ਦਾ ਦੋਸਤ ਆ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਸੀ। ਪੁਲਿਸ ਦਾ ਤਰਕ ਇਹ ਸੀਗਾ ਕਿ ਸ਼ੈਲਿੰਦਰਜੀਤ ਸਿੰਘ ਨੀਟਾ ਜਿਹੜਾ ਨਾਂ ਦਾ ਸ਼ਖਸ ਹੈ ਇਹ ਨਸ਼ਾ ਤਸਕਰ ਹੈ ਅਤੇ ਵਰਿੰਦਰ ਸੰਧੂ ਜਿਹੜਾ ਉਹ ਇਹਨੂੰ ਸਪੋਰਟ ਕਰਦਾ। ਇਹਨਾਂ ਦੋਵਾਂ ਨੂੰ ਜਿਹੜਾ ਚੁੱਕ ਲਿੱਤਾ ਗਿਆ, ਚੁੱਕ ਕੇ ਜਦੋਂ ਥਾਣੇ ਪੁੱਛਗਿੱਛ ਲਈ ਲੈ ਕੇ ਗਏ ਤਾਂ ਇਹਨਾਂ ਨੂੰ ਅਗਲੇ ਦਿਨ ਕੋਰਟ 'ਚ ਪੇਸ਼ ਕੀਤਾ ਗਿਆ 15 ਤਰੀਕ ਨੂੰ। ਜਦੋਂ 15 ਤਰੀਕ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਤਾਂ ਵਰਿੰਦਰ ਸੰਧੂ ਹੋਣਾ ਨੇ ਜੱਜ ਸਾਹਿਬ ਨੂੰ ਕਿਹਾ ਕਿ ਮੇਰਾ ਮੈਡੀਕਲ ਦੁਬਾਰਾ ਕਰਵਾਇਆ ਜਾਵੇ। ਉਹਨਾਂ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਕਿ ਮੇਰਾ ਮੈਡੀਕਲ ਦੁਬਾਰਾ ਕਰਾਓ। ਜਦੋਂ ਵਰਿੰਦਰ ਸੰਧੂ ਦਾ ਮੈਡੀਕਲ ਦੁਬਾਰਾ ਹੋਇਆ ਤਾਂ ਉਹਦੇ ਵਿੱਚ ਜਿਹੜਾ ਤਸ਼ੱਦਦ ਦੇ ਜਿਹੜੇ ਨਿਸ਼ਾਨ ਆ ਮੈਡੀਕਲ ਦੇ ਵਿੱਚ, ਜਿਹੜਾ ਉਹਨਾਂ 'ਤੇ ਟੋਰਚਰ ਕੀਤਾ ਗਿਆ, ਉਹਨਾਂ ਨੂੰ ਕੁੱਟਿਆ ਮਾਰਿਆ ਗਿਆ, ਉਹਦੇ ਪ੍ਰੂਫ ਸਾਹਮਣੇ ਆ ਗਏ। ਜਿਸ ਤੋਂ ਬਾਅਦ ਜਿਹੜਾ ਇਹ ਮਾਮਲਾ ਸਾਰਾ ਲਾਈਮਲਾਈਟ 'ਚ ਆ ਗਿਆ, ਪੰਜਾਬ ਪੱਧਰ ਦੇ ਉੱਤੇ ਇਹ ਮਾਮਲਾ ਦੇਖਿਆ ਗਿਆ। ਪੰਜਾਬ ਦੇ ਸਾਰੇ ਵਕੀਲ ਸਮੇਤ ਹਰਿਆਣਾ UT ਇਹ ਵਰਿੰਦਰ ਸੰਧੂ ਦੇ ਹੱਕ 'ਚ ਆ ਗਏ। ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਜਿਹੜੀ ਆ ਉਹਨਾਂ ਨੇ ਜਿਹੜਾ ਇੱਕ ਦਿਨ ਲਈ ਕੰਮ ਬੰਦ ਕਰਤਾ 26 ਤਰੀਕ ਨੂੰ ਕਿ ਜਿਹੜਾ ਇਹਦੇ ਉੱਤੇ ਤੇ ਮਾਮਲਾ ਦਰਜ ਕਰਨਾ ਚਾਹੀਦਾ। ਖੈਰ ਇਹਦੇ ਵਿੱਚ ਜਿਹੜਾ ਸੀਗਾ ਮੁਕਤਸਰ ਸਾਹਿਬ ਦੀ ਜਿਹੜੀ ਕੋਰਟ ਸੀ ਉਹਨਾਂ ਨੇ 22 ਸਤੰਬਰ ਨੂੰ ਹੀ ਇਹਦੇ ਵਿੱਚ ਆਰਡਰ ਕਰ ਦਿੱਤਾ ਸੀਗਾ ਕਿ ਜਿਹੜੇ ਦੋਸ਼ੀ ਪੁਲਿਸ ਵਾਲੇ ਆ ਉਹਨਾਂ ਖਿਲਾਫ਼ ਪਰਚਾ ਕੀਤਾ ਜਾਵੇ। 25 ਸਤੰਬਰ ਨੂੰ ਪਰਚਾ ਵੀ ਹੋ ਗਿਆ ਸੀਗਾ। ਬਾਵਜੂਦ ਦੱਸਦੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਕੌਂਸਲ ਦੇ ਸਾਰੇ ਵਕੀਲ ਜਿਹੜੇ ਆ ਉਹਨਾਂ ਨੇ ਇਹ ਡਿਮਾਂਡ ਕੀਤੀ ਸੀਗੀ ਕਿ ਪਰਚਾ ਨਹੀਂ ਹੋਣਾ ਚਾਹੀਦਾ, ਇਹ ਪੁਲਿਸ ਮੁਲਾਜ਼ਮ ਜਿਹੜੇ ਅਰੈਸਟ ਕਰੋ। ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਧਰਨੇ ਤੋਂ ਬਾਅਦ ਇੱਕ ਦਿਨ ਜਿਹੜਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਕੰਮ ਵੀ ਬੰਦ ਰੱਖਿਆ ਗਿਆ। ਇਹ ਪੁਲਿਸ ਅਫਸਰ ਬਾਅਦ 'ਚੋਂ ਅਰੈਸਟ ਕਰ ਲਏ ਗਏ। ਸਰਕਾਰ ਅੰਡਰ ਪ੍ਰੈਸ਼ਰ ਆ ਗਈ, ਸਰਕਾਰ ਨੇ ਇੱਕ SIT ਬਣਾ ਦਿੱਤੀ ਜਿਹਨੂੰ ਲੀਡ ਕਰ ਰਹੇ ਸੀਗੇ ਮਨਦੀਪ ਸਿੰਘ ਸਿੱਧੂ, ਜਿਹੜੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ, ਉਹਨਾਂ ਨੂੰ ਜਿਹੜਾ ਹੈੱਡ ਬਣਾਇਆ ਗਿਆ ਇਸ SIT ਦਾ ਕਿ ਸਾਰੇ ਮਾਮਲੇ ਦੀ ਤਫਤੀਸ਼ ਕਰੋ। ਹੁਣ ਹੋਇਆ ਕਿ ਇਹ ਸਭ ਦੇ ਵਿੱਚ ਜਿਹੜਾ 6 ਪੁਲਿਸ ਮੁਲਾਜ਼ਮ ਜਿਹੜੇ ਹਿਰਾਸਤ 'ਚ ਵੀ ਲੈ ਲਏ ਗਏ ਸਮੇਤ ਰਮਨ ਭੁੱਲਰ, ਨਾਲ ਦੀ ਨਾਲ SSP ਹਰਮਨਵੀਰ ਸਿੰਘ ਗਿੱਲ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ। ਹੁਣ ਇਹ ਸਭ ਦੇ ਵਿੱਚ ਜਿਹੜੇ ਵਕੀਲ ਵਰਿੰਦਰ ਸੰਧੂ ਹੈ ਉਹਨਾਂ ਨੇ ਕੱਲ੍ਹ 5 ਅਕਤੂਬਰ ਨੂੰ ਜਿਹੜਾ ਉਹ ਪੁਲਿਸ ਦੇ ਨਾਲ ਰਾਜ਼ੀਨਾਮਾ ਕਰ ਲਿਆ। ਉਹਨਾਂ ਨੇ ਇਹਦੀ ਇੱਕ ਲੈਟਰ ਜਿਹੜੀ ਆ ਉਹ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਨੂੰ ਵੀ ਭੇਜ ਦਿੱਤੀ ਕਿ ਮੇਰਾ ਤਾਂ ਰਾਜ਼ੀਨਾਮਾ ਹੋ ਗਿਆ ਜੀ, ਪੁਲਿਸ ਜਿਹੜਾ ਬਹੁਤ ਵਧੀਆ ਕੰਮ ਕਰ ਰਹੀ ਹੈ। ਉਹਨਾਂ ਨੇ ਆਪਣੀ ਲੈਟਰ ਦੇ ਵਿੱਚ ਜਿਹੜਾ ਹਰਮਨਵੀਰ ਸਿੰਘ ਗਿੱਲ ਦੀਆਂ ਤਾਰੀਫਾਂ ਦੇ ਪੁੱਲ ਬੜੇ ਬੰਨੇ ਕਿ ਹਰਮਨਵੀਰ ਗਿੱਲ ਜਿਹੜੇ ਨੇ ਬਹੁਤ ਕਾਬਲ ਅਫਸਰ ਨੇ, ਬਹੁਤ ਜਿਹੜਾ ਤਨਦੇਹੀ ਨਾਲ ਕੰਮ ਕਰਦੇ ਨੇ, ਬਹੁਤ ਇਮਾਨਦਾਰੀ ਨਾਲ ਕੰਮ ਕਰਦੇ ਨੇ। ਇਹਨਾਂ ਨੇ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਨਸ਼ੇ ਨੂੰ ਠੱਲ ਪਾਉਣ ਲਈ ਜਿਹੜਾ ਬਹੁਤ ਅਹਿਮ ਕਦਮ ਚੁੱਕੇ, ਬਹੁਤ ਵਧੀਆ ਕੰਮ ਕੀਤਾ। ਹੁਣ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਵਰਿੰਦਰ ਸੰਧੂ ਜਿਹੜੇ ਆ ਉਹ ਬਾਹਰੋਂ ਬਾਹਰ ਹੀ ਪੁਲਿਸ ਦੇ ਨਾਲ ਰਾਜ਼ੀਨਾਮਾ ਕਰ ਲੈਂਦੇ ਆ ਤਾਂ ਵਕੀਲ ਜਿਹੜੇ ਆ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਉਹਨਾਂ ਦੇ ਕਰਕੇ ਧਰਨਾ ਲਾਇਆ, ਇੱਕ ਦਿਨ ਕੰਮ ਬੰਦ ਰੱਖਿਆ, ਉਹ ਜਿਹੜੇ ਉਹ ਨਾਰਾਜ਼ ਹੋ ਗਏ। ਉਹਨਾਂ ਨੇ ਹੁਣ ਵਰਿੰਦਰ ਸੰਧੂ ਦੇ ਖਿਲਾਫ ਇੱਕ ਐਪਲੀਕੇਸ਼ਨ ਮੂਵ ਕਰ ਦਿੱਤੀ ਹੈ ਕਿ ਇਹਨਾਂ ਦਾ ਜਿਹੜਾ ਵਕਾਲਤ ਦਾ ਲਾਇਸੈਂਸ ਹੈ ਉਹਨੂੰ ਰੱਦ ਕੀਤਾ ਜਾਵੇ ਕਿਉਂਕਿ ਅਸੀਂ ਤਾਂ ਇਹਨਾਂ ਦੇ ਪਿੱਛੇ ਖੜੇ ਹੋਏ, ਇਹਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਦਾ ਇਹਨਾਂ ਨੇ ਹਵਾਲਾ ਦਿੱਤਾ ਕਿ ਮੇਰੇ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਮੈਨੂੰ ਕੁੱਟਿਆ ਮਾਰਿਆ ਗਿਆ। ਜਿਸ ਤੋਂ ਬਾਅਦ ਅਸੀਂ ਬੀਂਗ ਵਕੀਲ, ਕਿਉਂਕਿ ਇਹ ਵਕੀਲ ਨੇ, ਅਸੀਂ ਇਹਨਾਂ ਦਾ ਸਾਥ ਦਿੱਤਾ ਤਾਂ ਹੁਣ ਇਹਨਾਂ ਨੇ ਜਿਹੜਾ SIT ਦੀ ਰਿਪੋਰਟ ਕਿੱਥੇ ਗਈ? SIT ਨੇ ਕੀ ਆਖਿਰਕਾਰ ਉਸ ਰਿਪੋਰਟ 'ਚ ਬਣਾਇਆ ਕਿ ਜਿਹੜਾ ਇਹਨਾਂ ਨੇ ਬਾਰੋ ਬਾਰ ਫੈਸਲਾ ਕਰ ਲਿਆ? ਹੁਣ ਇਹ ਸਭ ਦੇ ਵਿੱਚ ਇੱਕ ਸਵਾਲ ਇਹ ਵੀ ਖੜਾ ਹੁੰਦਾ ਕਿ ਜਿਹੜੀ SIT ਬਣਾਈ ਗਈ ਸੀ ਜਿਹਨੂੰ ਲੀਡ ਕਰ ਰਹੇ ਸੀ ਮਨਦੀਪ ਸਿੰਘ ਸਿੱਧੂ, ਕੀ ਇਹ SIT ਨੇ ਪ੍ਰੈਸ਼ਰ ਪਵਾ ਕੇ ਤਾਂ ਨਹੀਂ ਕਰਾ ਲਿਆ ਕਿ ਛੱਡੋ ਜੀ ਰਾਜ਼ੀਨਾਮਾ ਕਰ ਲਓ? ਔਰ ਨਾਲ ਦੀ ਨਾਲ ਜਿਹੜਾ ਉਹ ਚਿੱਠੀ 'ਚ ਲਿਖਦੇ ਨੇ ਹਰਮਨਵੀਰ ਸਿੰਘ ਗਿੱਲ ਦੀਆਂ ਤਾਰੀਫਾਂ ਕਰਦੇ ਨੇ, ਇਹ ਤੋਂ ਵੀ ਇਉਂ ਲੱਗਦਾ ਕਿ ਕੀ ਪਤਾ SIT ਨੇ ਜਿਹੜਾ ਵਰਿੰਦਰ ਸੰਧੂ ਨੂੰ ਪ੍ਰੈਸ਼ਰਾਈਜ਼ ਕੀਤਾ ਹੋਵੇ ਕਿ ਭਾਈ ਸਾਹਿਬ ਰਾਜ਼ੀਨਾਮਾ ਕਰ ਲਓ, ਕਿਉਂਕਿ ਪੁਲਿਸ ਕਰਦੀ ਵੀ ਆ ਧੱਕਾ, ਬਹੁਤ ਧੱਕਾ ਹੋਇਆ ਵੀ ਆ ਜਦੋਂ ਪੰਜਾਬ ਦੇ ਵਿੱਚ ਉਗਰਵਾਦ ਦਾ ਦੌਰ ਸੀਗਾ ਉਸ ਵੇਲੇ ਪੁਲਿਸ ਨੇ ਧੱਕਾ ਕੀਤਾ ਵੀ ਆ ਬਹੁਤ, ਕਈ ਬੱਚਿਆਂ ਦੇ ਉੱਤੇ ਕੇਸ ਨਜਾਇਜ਼ ਪਾਏ ਵੀ ਗਏ ਆ। ਹੁਣ ਇਹ ਸਭ ਦੇ ਵਿੱਚ ਵਰਿੰਦਰ ਸੰਧੂ ਜਿਨ੍ਹਾਂ ਦਾ ਇੰਨਾ ਮਾਮਲਾ ਭਖਿਆ ਸੀਗਾ, ਪੂਰਾ ਦਿੱਲੀ ਤੱਕ ਇਹ ਮਾਮਲਾ ਗਿਆ ਸੀਗਾ, ਮੁੱਖ ਮੰਤਰੀ ਮਾਨ ਹੋਣਾ ਨੇ ਫਟਾਫਟ ਆਰਡਰ ਕਰ ਦਿੱਤੇ ਸੀਗੇ ਕਿ SSP ਬਦਲ ਦਿਓ, SIT ਬਣਾ ਦਿਓ, ਵਰਿੰਦਰ ਸੰਧੂ ਨੂੰ ਜਿਹੜਾ ਛੱਡ ਦਿੱਤਾ ਗਿਆ ਕਿ ਇਹਨਾਂ ਨੂੰ ਰਿਹਾਅ ਕਰੋ। ਹੁਣ ਇਹ ਸਭ ਦੇ ਵਿੱਚ ਵਰਿੰਦਰ ਸੰਧੂ ਜਿਹੜੇ ਨੇ ਵਕੀਲ ਨੇ ਇਹ ਹੁਣ ਰਾਜ਼ੀਨਾਮਾ ਕਰ ਗਏ ਆ
ਤੇ ਹੁਣ ਇਹਨਾਂ ਦਾ ਲਾਇਸੈਂਸ ਜਿਹੜਾ ਉਹਨੂੰ ਕੈਂਸਲ ਕਰਾਉਣ ਲਈ ਇਹਨਾਂ ਦੇ ਸਾਥੀਆਂ ਨੇ ਜਿਹੜਾ ਐਪਲੀਕੇਸ਼ਨ ਮੂਵ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ SIT ਕੋਈ ਆਪਣੀ ਵੱਖਰੀ ਰਿਪੋਰਟ ਦਿੰਦੀ ਹੈ ਜਾਂ ਇਹ ਮਾਮਲਾ ਜਿਹੜਾ ਹੁਣ ਖਤਮ ਹੋ ਗਿਆ, ਰਫਾ ਦਫਾ ਹੋ ਗਿਆ, ਰਾਜੀਨਾਮਾ ਹੋ ਗਿਆ। Subscribe to One India channel and never miss an update.